ਪੰਜਾਬੀ ਜਿਹੜੀ ਵਿਰੋਧੀ ਸੋਚ ਆ ਜੀ ਉਹ ਦੇਖੋ ਵੀ ਬਹੁਤ ਪਨਪ ਰਹੀ ਆ। ਮੈਂ ਕੱਲ੍ਹ ਚੰਡੀਗੜ੍ਹ ਸ਼ਹਿਰ ਦਾ ਲੋਗੋ ਦੇਖ ਰਿਹਾ ਸੀ, ਐਂਬਲਮ, ਉਹਦੇ ਉੱਤੇ ਹਿੰਦੀ 'ਚ ਲਿਖਿਆ ਚੰਡੀਗੜ੍ਹ, ਅੰਗਰੇਜ਼ੀ ਵਿੱਚ ਲਿਖਿਆ ਚੰਡੀਗੜ੍ਹ, ਪੰਜਾਬੀ 'ਚ ਹੈ ਨਹੀਂ। ਪੰਜਾਬ ਦੇ ਵਿੱਚੋਂ ਹਰਿਆਣਾ ਬਣਿਆ, ਹਾਲੇ ਵੀ ਲੋਕ ਪੰਜਾਬੀ ਬੋਲਦੇ ਆ, ਉੱਥੇ ਤਾਮਿਲ ਲਿਆ ਕੇ ਦੂਜੀ ਭਾਸ਼ਾ ਬਣਾ ਦਿੱਤੀ ਗਈ। ਹੁਣ ਕੀ ਹੋਇਆ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਲੱਖਾਂ ਲੋਕ ਪੰਜਾਬੀ ਬੋਲਦੇ ਆ। 1981 ਤੱਕ ਜਿਹੜੀ ਆ ਉਹ ਐਸੇ ਜ਼ਰੂਰੀ ਵਿਸ਼ਾ ਸਕੂਲਾਂ 'ਚ ਪੜ੍ਹਾਈ ਜਾਂਦੀ। ਕੇਂਦਰ ਸਰਕਾਰ, ਮੋਦੀ ਸਰਕਾਰ ਨੇ ਇੱਕ ਭਾਸ਼ਾਵਾਂ ਬਾਰੇ ਜਿਹੜਾ ਬਿੱਲ ਪਾਸ ਕਰਕੇ ਇਹ ਕਹਿਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਹੁਣ 3 ਸਰਕਾਰੀ ਭਾਸ਼ਾਵਾਂ ਹੋਣਗੀਆਂ। ਇੱਕ ਤਾਂ ਕਸ਼ਮੀਰੀ ਹੋਊਗੀ ਜਿਹੜੀ ਕਿ ਉਹਨਾਂ ਦੀ ਜ਼ਬਾਨ ਹੈਗੀ ਆ, ਦੂਜੀ ਡੋਗਰੀ ਆ ਜਿਹੜੀ ਕਿ ਪੰਜਾਬੀ ਦੀ ਉਪਭਾਸ਼ਾ ਹੈ, ਇਹ ਹਿਮਾਚਲ ਦੇ ਵਿੱਚ ਅਤੇ ਕੁਛ ਜੰਮੂ ਵਾਲੇ ਇਲਾਕੇ ਵਿੱਚ ਬੋਲੀ ਜਾਂਦੀ ਹੈ। ਇੱਕ ਕਹਿੰਦੇ ਉਹ ਹੋਊਗੀ, ਤੀਜੀ ਹਿੰਦੀ ਜਿਹੜੀ ਕਿ ਪੂਰਬੀਆਂ ਦੀ ਭਾਸ਼ਾ ਆ ਉਹਨੂੰ ਜੰਮੂ ਕਸ਼ਮੀਰ ਤੋਂ ਬੋਲਦਾ, ਜਾਣੀ ਕਿ ਇੱਕ ਜਿਹੜਾ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦ ਬਣਾਉਣ ਦਾ ਭੂਤ ਦਿਮਾਗ ਚੜਿਆ ਆ ਵੀ ਹਿੰਦੀ ਹਿੰਦੂ ਹਿੰਦੁਸਤਾਨ, ਅਤੇ ਉਹ ਸਾਰਾ ਕੁਛ ਹੀ ਉਹ ਰਿਗਾਰਡ ਕਰਨਾ ਆ, ਉਹਦੇ ਕਰਕੇ ਜਿਹੜਾ ਜੀ ਉਹ ਪੰਜਾਬੀ ਵਿੱਚੋਂ ਬਾਹਰ ਕੱਢ ਕੇ ਹਿੰਦੀ ਜਿਹੜੀ ਸਾਹਿਤ 'ਤੇ ਬਣਾ ਦਿੱਤੀ ਆ। ਦਿੱਲੀ ਦੇ ਕੁਛ ਆਗੂ, ਅਕਾਲੀ ਆਗੂ ਆ ਸ਼ਾਇਦ, ਉਹ ਸੁਰੇਸ਼ ਸਿੰਘ ਬਾਦਲ ਉਹਨਾਂ ਦੇ ਘਰ ਵੱਲ ਮਾਰਚ ਕਰ ਰਹੇ, ਕਹਿੰਦੇ ਵੀ ਸੁਖਬੀਰ ਬਾਦਲ ਚੁੱਪ ਕਿਉਂ ਆ, ਜਿਹੜਾ ਸਰੂਪਾਂ ਦਾ ਮਾਮਲਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਲਾਪਤਾ ਹੋ ਗਏ, ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰੀ ਆ ਉਹ ਜਿਹੜੇ ਫੜੇ ਗਏ ਆ, ਉਹ ਸ਼੍ਰੋਮਣੀ ਕਮੇਟੀ ਜਿਹਦੇ ਵਿੱਚ ਅਹੁਦੇ ਦੇਣ ਵੇਲੇ ਸਾਰੇ ਅਧਿਕਾਰ ਜਿਹੜੇ ਬਾਦਲ ਨੂੰ ਸੌਂਪ ਦਿੱਤੇ ਜਾਂਦੇ ਸੀ, ਨਾਲੇ ਇੱਕ ਅਲਟੀਮੇਟਮ ਦੇ ਦਿੱਤਾ ਉਹਨਾਂ ਨੇ, ਉਹ ਕਹਿੰਦੇ ਵੀ 7 ਦਿਨ ਦਿੱਤੇ ਤੁਹਾਨੂੰ, 7 ਦਿਨਾਂ ਦੇ ਵਿੱਚ ਵਿੱਚ ਦੱਸੋ ਤੁਹਾਡਾ ਇਹਦੇ 'ਤੇ ਸਟੈਂਡ ਕੀ ਆ। 3 ਸਤੰਬਰ ਦਿਨ ਵੀਰਵਾਰ, ਦੋਸਤੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦਸੋਹਤਾ ਐਂਡ ਸੋਹਤਾ ਸ਼ੋਅ। ਅੱਜ ਦੇ ਇਸ ਸ਼ੋਅ ਵਿੱਚ ਕੁਛ ਖਾਸ ਗੱਲਾਂ ਬਾਤਾਂ ਕਰਾਂਗੇ। BC ਦੇ ਸਾਬਕਾ ਪ੍ਰੀਮੀਅਰ ਗੋਰਡਨ ਕੈਂਬਲ ਚਰਚਾ ਦੇ ਵਿੱਚ ਨੇ, ਕੀ ਮਾਮਲਾ ਆ, ਇਹ ਕੰਜ਼ਰਵੇਟਿਵ ਆਗੂ ਕਿਉਂ ਚਰਚਾ ਦੇ ਵਿੱਚ ਨੇ, ਇਹਦੇ ਬਾਰੇ ਗੱਲਬਾਤ ਹੋਏਗੀ। ਜਿਹੜਾ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਰੂਪਾਂ ਦਾ ਮਾਮਲਾ ਚਰਚਾ ਦੇ ਵਿੱਚ ਆਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਦੇ ਬਾਰੇ ਕੁਛ ਹੋਰ ਅਪਡੇਟਸ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਸਰੀ ਦੇ ਇੱਕ ਘਰ ਦੇ ਵਿੱਚੋਂ ਡਰੱਗ ਫੜੀ ਗਈ ਹੈ, ਕੁਛ ਮਨੀ ਫੜੀ ਗਈ ਹੈ, ਇਹ ਕਿਹਦਾ ਘਰ ਆ, ਕਿੱਥੋਂ ਫੜੀ ਗਈ ਹੈ, ਇਹਦੇ ਬਾਰੇ ਅਤੇ ਕੁਛ ਹੋਰ ਗੱਲਾਂ ਬਾਤਾਂ। ਦੱਸੋ ਤਾਂ ਸੋਤਾ ਸ਼ੋ, ਗੱਲ ਜ਼ਰਾ ਹਟ ਕੇ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਜੀ, ਜੀ ਆਇਆਂ ਨੂੰ ਜੀ। ਅੱਜ ਕੱਲ੍ਹ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਨਾਲੇ ਹੀ ਦੂਰ ਨੇੜੇ ਬੈਠੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੀ ਦੇ ਪਾਇਲ ਬਿਜ਼ਨਸ ਸੈਂਟਰ ਵਿੱਚ ਮੌਜੂਦ ਗਹਿਣਿਆਂ ਦੀ ਮਸ਼ਹੂਰ ਦੁਕਾਨ ਮਿੰਦਰਾ ਜੂਲਰਸ ਦੇ ਸਹਿਯੋਗ ਨਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਇਹਨਾਂ ਦੀ ਖਾਸੀਅਤ ਹੈ ਜੋ ਬਾਜ਼ਾਰ 'ਚ ਹੋਰ ਕਿਤੇ ਨਹੀਂ ਮਿਲਦਾ। ਤੁਸੀਂ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਇੱਥੋਂ ਖਰੀਦ ਸਕਦੇ ਹੋ। ਇਸ ਵੇਲੇ ਡਾਇਮੰਡ ਜੂਲਰੀ ਦੇ ਉੱਤੇ ਇਹ 15% ਡਿਸਕਾਊਂਟ ਦੇ ਰਹੇ ਆ। ਅੱਖੀ ਵੇਖਣ ਵਾਲੇ ਇਹਨਾਂ ਦੇ ਸ਼ੋਰੂਮ ਦੇ ਉੱਤੇ ਪਹੁੰਚੋ, ਯੂਨਿਟ 332 8128 ਸਟਰੀਟ ਸਰੀ। ਦੁਨੀਆ ਭਰ 'ਚੋਂ ਕਿਤੇ ਵੀ ਵਟਸਐਪ 'ਤੇ ਵੀਡੀਓ ਕਾਲ ਕਰਕੇ ਮਹਿੰਦਰਾ ਜੂਲਰਸ ਦੇ ਔਨਲਾਈਨ ਗਹਿਣੇ ਦੇਖਣੇ ਹੋਣ ਜਾਂ ਖਰੀਦਣੇ ਹੋਣ ਤਾਂ ਨੰਬਰ ਸੇਵ ਕਰ ਲਓ 604-916-1010। ਇਸ ਦੇ ਨਾਲ ਹੀ ਸਾਡੇ ਦੂਜੇ ਸਪੋਂਸਰ ਨੇ ਫਾਈਬਰ ਟੈਕ ਸਰੀ ਵੈਨਕੂਵਰ ਕਕਟਲਮ, 3 ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੂਰੀ BC ਦੇ ਵਿੱਚ ਸਮਾਨ ਡਿਲੀਵਰ ਕਰਦੇ ਆ। ਨਵਾਂ ਘਰ ਬਣਾ ਰਹੇ ਹਾਂ, ਟਾਊਨ ਹਾਊਸ ਜਾਂ ਕੌਂਡੋ ਪ੍ਰੋਜੈਕਟ ਸ਼ੁਰੂ ਕੀਤਾ ਜਾਂ ਆਪਣਾ ਘਰ ਹੀ ਰੈਨੋਵੇਟ ਕਰ ਰਹੇ ਹਾਂ, ਪਲੰਬਿੰਗ ਦਾ ਸਾਰਾ ਸਮਾਨ, ਟੂਟੀਆਂ, ਟੱਬ ਆਦਿ ਇੱਥੋਂ ਨਵੇਂ ਤੋਂ ਨਵੇਂ ਡਿਜ਼ਾਈਨਾਂ ਦੇ ਵਿੱਚ ਆਲਾ ਬ੍ਰਾਂਡਸ ਵਿੱਚ ਖਰੀਦ ਸਕਦੇ ਹੋ। ਭਰੋਸੇਯੋਗ ਅਤੇ ਵੱਡਾ ਨਾਂ ਫਾਈਬਰ ਟੈਕ ਸਰੀ, ਲੋਕੇਸ਼ਨ 82-47-130 ਸਟਰੀਟ ਸਰੀ। ਫੋਨ 604-507-2199। ਖਬਰ ਆ ਰਹੀ ਹੈ ਜੀ ਸਰੀ ਦੇ ਕਿਸੇ ਥਾਂ ਤੋਂ ਡਰੱਗ ਫੜੀ ਗਈ ਹੈ। ਸਰੀ ਦੇ 129 ਸਟਰੀਟ ਜੀ ਅਤੇ 94 ਐਵਨਿਊ ਲਾਗੇ ਇੱਕ ਘਰ ਦੇ ਵਿੱਚੋਂ ਕੁਛ ਮਾਤਰਾ ਦੇ ਵਿੱਚ ਡਰੱਗ ਅਤੇ ਨਕਦੀ ਫੜੀ ਗਈ ਆ। ਡਰੱਗ ਬਣਾਉਣ ਵਾਲਾ ਸਮਾਨ ਫੜਿਆ ਗਿਆ ਆ ਅਤੇ 2 ਜਣੇ ਜਿਹੜੇ ਆ ਜਿੱਥੋਂ ਗ੍ਰਿਫਤਾਰ ਕੀਤੇ ਗਏ ਆ। ਇਹ ਜਿਹੜੀ ਆ ਛਾਪਾ, ਤਕਰੀਬਨ ਪੁਲਿਸ ਨੇ ਦੱਸਿਆ ਕਿ 20 ਅਗਸਤ ਦੇ ਲਾਗੇ ਛਾਗੇ ਮਾਰਿਆ ਸੀਗਾ ਜੀ। ਇਸ ਘਰ ਦੇ ਵਿੱਚ ਵਾਰੰਟ ਹਾਸਲ ਕਰਕੇ ਜਿਹੜਾ ਡਰੱਗ ਇਨਫੋਰਸਮੈਂਟ ਯੂਨਿਟ ਹੈ ਉਹਦੇ ਵੱਲੋਂ, ਅਤੇ ਉੱਥੋਂ ਫਿਰ 225 ਗ੍ਰਾਮ ਦੇ ਕਰੀਬ ਕੋਕੇਨ, $1,00,000 ਨਕਦ, ਇਹਦੇ ਨਾਲ ਹੀ ਜਿਹੜੀ ਆ 3 ਕਿਲੋ ਦੇ ਕਰੀਬ ਫੈਂਟਾਨਲ ਜਿਹੜੀ ਆ ਅਤੇ ਕੁਝ ਹੋਰ ਸਮਾਨ ਜਿਹੜਾ ਕਿ ਵਰਤਿਆ ਜਾਂਦਾ ਲੈਬਸ ਦੇ ਵਿੱਚ ਜਿਹਦੇ ਨਾਲ ਕਿ ਨਕਲੀ ਡਰੱਗਸ ਤਿਆਰ ਕੀਤੀਆਂ ਜਾਂਦੀਆਂ ਉਹ ਫੜਿਆ ਗਿਆ। ਪੁਲਿਸ ਕਹਿੰਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੋਰ, ਅਤੇ ਵੀ ਇਹ ਜਿਹੜੇ ਦੋਨੇ ਜਾਣੇ ਇਹੀ ਚਲਾ ਰਹੇ ਸੀਗੇ, ਇਹ ਜਿਹੜੀ ਪ੍ਰਯੋਗਸ਼ਾਲਾ ਲੈਬੋਰਟਰੀ ਸੀਗੀ ਜਾਂ ਇਹ ਡਰੱਗ ਦਾ ਤੁਹਾਨੂੰ ਦੱਸ ਰਿਹਾ ਜਾਂ ਇਹਨਾਂ ਦੇ ਨਾਲ ਕੋਈ ਹੋਰ ਲੋਕ ਵੀ ਜਿਹੜੇ ਇਨਵੋਲਵ ਆ, ਅਤੇ ਹਜੇ ਇਹਨਾਂ ਦੀ ਪਛਾਣ ਜਿਹੜੀ ਹੈ ਜੋ ਜਨਤਕ ਨਹੀਂ ਕੀਤੀ ਗਈ। ਇੰਨਾ ਵੀ ਨਹੀਂ ਦੱਸਿਆ ਵੀ ਕਿਹੜੀ ਕਮਿਊਨਿਟੀ ਦੇ ਜਾਂ ਐਥਨੀਸਿਟੀ ਕੌਣ ਸੀਗੇ ਜੀ ਕੁਛ? ਨਹੀਂ ਜੀ, ਬਿਲਕੁਲ ਵੀ ਇਹ ਗੱਲ ਨਹੀਂ ਦੱਸੀ ਗਈ ਹੈਗੀ। ਇੰਨਾ ਹੈਗਾ ਜ਼ਰੂਰ ਕਿ ਜਿਹੜਾ 129 ਸਟਰੀਟ ਅਤੇ 94 ਐਵਨਿਊ ਦਾ ਇਲਾਕਾ ਆ ਉੱਥੇ ਬਹੁਤਾਤ ਗਿਣਤੀ ਜਿਹੜੀ ਆ ਪੰਜਾਬੀਆਂ ਦੀ ਆ,
ਪਰ ਫਿਰ ਵੀ ਇਹ ਗੱਲ ਪੱਕੇ ਤੌਰ ਦੇ ਉੱਤੇ ਕਹਿਣਾ ਜਿਹੜਾ ਮੁਸ਼ਕਿਲ ਹੈ ਕਿ ਕੌਣ ਸੀ, ਕਿਉਂਕਿ ਕਈ ਵਾਰੀ ਹੁੰਦਾ ਇੱਦਾਂ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਹੋਰ ਕਮਿਊਨਿਟੀਜ਼ ਦੇ ਲੋਕ ਜਿਹੜੇ ਆ ਉਹ ਰੈਂਟ 'ਤੇ ਵੀ ਰਹਿੰਦੇ ਹੈਗੇ ਆ, ਸੋ ਇਹ ਹਜੇ ਗੱਲ ਪੁਲਿਸ ਨੇ ਵੀ ਕਲੀਅਰ ਨਹੀਂ ਕੀਤੀ ਹੈਗੀ। ਇਹ ਸਰੀ ਦੇ ਵਿੱਚ ਜ਼ਿਆਦਾ ਨਹੀਂ ਜੀ ਕੁਛ ਡਰੱਗ ਗੈਂਗ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਇਹਦਾ ਹੋ ਸਕਦਾ? ਸਰੀ ਦੇ ਵਿੱਚ ਬਹੁਤ ਹੈ ਜੀ, ਇਹ ਕਦੀ ਨਹੀਂ ਕਹਿਣਾ ਚਾਹੀਦਾ ਵੀ ਘੱਟ ਆ, ਮੇਰੇ ਹਿਸਾਬ ਦੇ ਨਾਲ ਜੇ ਕੋਈ ਥੋੜ੍ਹੀ ਜਿਹੀ ਵੀ ਆ ਉਹ ਵੀ ਬਹੁਤ ਆ। ਬੱਚਾ ਤਾਂ ਇੱਕ ਮਰ ਜਾਵੇ ਓਵਰਡੋਜ਼ ਦੇ ਨਾਲ ਕਿਸੇ ਦਾ, ਉਹ ਵੀ ਮਾੜਾ ਆ, ਪਰ ਜੇ ਕੰਪੇਅਰ ਕਰਨ ਲੱਗੀਏ ਤਾਂ ਟੋਰਾਂਟੋ ਵਾਲੀ ਸਾਈਡ ਹੈ ਜੀ ਹਾਲਤ ਹੈ ਉਹ ਜ਼ਿਆਦਾ ਖਰਾਬ ਹੈ ਜੀ। ਅੱਛਾ, ਉੱਥੇ ਛੁਰੇਬਾਜ਼ੀ ਦੀਆਂ ਘਟਨਾਵਾਂ, ਸ਼ੂਟਿੰਗਸ ਉੱਥੇ ਇਸ ਵੇਲੇ ਜਿੱਦਾਂ ਜਿਵੇਂ ਕੋਈ ਗੈਂਗਵਾਰ ਲੱਗੀ ਹੁੰਦੀ ਹੈ ਨਾ ਜੀ, ਇੱਦਾਂ ਕਤਲ ਹੋ ਰਿਹਾ ਇਸ ਵੇਲੇ, ਕਦੀ ਕਿਤੇ ਫਲਾਨੇ ਪਲਾਹ ਦੇ ਵਿੱਚ ਗੋਲੀ ਚੱਲ ਗਈ, ਕਦੀ ਕਿਤੇ ਬੇਕਰੀ 'ਤੇ ਗੋਲੀਆਂ ਮਾਰ ਦਿੱਤੀਆਂ। ਆਈ ਥਿੰਕ ਇੱਕ ਸੀਰੀਅਲ ਸੀਗਾ ਨੈੱਟਫਲਿਕਸ ਦੇ ਉੱਤੇ ਬ੍ਰੇਕਿੰਗ ਬੈਡ, ਸ਼ਾਇਦ ਨੇ ਬ੍ਰੇਕਿੰਗ ਬੈਡ ਨਹੀਂ, ਉਹ ਕੈਨੇਡਾ ਦੇ ਉੱਤੇ ਸੀਗਾ, ਮੈਨੂੰ ਨਾਂ ਭੁੱਲ ਗਿਆ ਉਹਦਾ। ਅੱਛਾ, ਉਹ ਸਪੈਸ਼ਲੀ ਮੋਂਟਰੀਅਲ ਅਤੇ ਅੰਟਾਰੀਓ ਦੇ ਵਿੱਚ ਜਿਹੜੇ ਗੈਂਗ ਕਿਵੇਂ ਅਪਰੇਟ ਕਰਦੇ ਰਹੇ ਇਟਾਲੀਅਨ, ਉਹਨਾਂ ਦੇ ਉੱਤੇ ਸੀਗਾ ਉਹੋ ਜਿਹਾ ਕੁਛ ਜਿਹੜਾ ਉੱਧਰ ਜ਼ਿਆਦਾ ਵਾਪਰ ਰਿਹਾ। ਜੇ ਆਪਾਂ ਵੱਡੀ ਗਿਣਤੀ 'ਚ ਗੱਲ ਕਰੀਏ ਤਾਂ ਉੱਧਰ ਜ਼ਿਆਦਾ ਆ ਕੰਮ, ਗੋਲੀਬਾਰੀ ਦਾ ਵੀ, ਨਸ਼ਿਆਂ ਦਾ ਵੀ, ਹੋਰ ਵੀ, ਪਰ ਇਹ ਨਹੀਂ ਕਹਿ ਸਕਦੇ ਕਿ ਸਰੀ ਦੇ ਵਿੱਚ ਘੱਟ ਆ, ਇਹ ਕਹਿਣਾ ਸਹੀ ਨਹੀਂ ਹੋਊਗਾ, ਕਿਉਂਕਿ ਚਾਹੇ ਇੱਕ ਬੱਚਾ ਬਾਹਰ ਗਲਤ ਆ, ਜ਼ਿਆਦਾ ਹੀ ਆ ਸਾਡੇ ਲਈ ਤਾਂ। ਅਤੇ ਜਿਹੜਾ ਦੂਜੀ ਗੱਲ ਹੈ, ਇਹ ਇੱਦਾਂ ਪਤਾ ਲੱਗ ਸਕਦਾ ਕੁਛ ਵੀ ਪੰਜਾਬੀਆਂ ਦੇ ਨਾਲ ਕਿੱਥੇ ਘਟਨਾਵਾਂ ਜ਼ਿਆਦਾ ਵਾਪਰ ਰਹੀਆਂ ਕੈਨੇਡਾ ਦੇ ਕਿਹੜੇ ਹਿੱਸੇ ਵਿੱਚ? ਪੰਜਾਬੀਆਂ ਦੇ ਨਾਲ ਜੇ ਆਪਾਂ ਦੇਖੀਏ ਤਾਂ ਉਹ ਸਰੀ ਦੇ ਵਿੱਚ ਜ਼ਿਆਦਾ ਮੇਰੇ ਖਿਆਲ ਹੋਣੀਆਂ ਘਟਨਾਵਾਂ ਜੀ, ਕਿਉਂਕਿ ਜਦੋਂ ਤੁਸੀਂ ਬ੍ਰੈਂਪਟਨ ਦੇ, ਮਿਸੀਸਾਗਾ ਦੇ, ਟੋਰਾਂਟੋ ਦੇ ਅੰਕੜੇ ਦੇਖਦੇ ਉਹਦੇ ਵਿੱਚ ਹੋਰ ਕਮਿਊਨਿਟੀਜ਼ ਦੇ ਲੋਕਾਂ ਦੇ ਨਾਮ ਜਿਹੜੇ ਉਹ ਵੱਧ ਆਉਂਦੇ ਆ। ਬ੍ਰੈਂਪਟਨ ਦੇ ਵਿੱਚ ਜਿਹੜੀਆਂ ਗੈਂਗ ਹਿੰਸਾ ਦੇ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਧਿਰਾਂ ਆ ਉਹ ਹੋਰ ਲੈਵਲ ਦੇ ਉੱਤੇ ਆ, ਉਹ ਸਟੇਟ ਲੈਵਲ ਦੇ ਉੱਤੇ ਜਿਹੜੀ ਆ ਗੋਲੀਬਾਰੀ ਨਹੀਂ ਕਰਦੀਆਂ। ਉੱਥੇ ਬੰਦੇ ਹੈਗੇ ਆ ਪੰਜਾਬੀ ਜਿਹੜੇ ਕੰਮ ਕਰਦੇ ਆ, ਇਹ ਧੰਦਾ ਕਰਦੇ ਆ, ਉਹ ਬਾਰਡਰ ਦੇ ਉੱਤੋਂ ਸਮਾਨ ਲੁਕਾਉਂਦੇ ਆ ਜਾਂ ਉਹਦੀ ਡਿਸਟ੍ਰੀਬਿਊਸ਼ਨ ਕਰਦੇ ਆ, ਬੀਤੇ ਵਿੱਚ ਫੜੇ ਵੀ ਗਏ ਹੈ ਨਾ। ਅਤੇ ਪਰ ਜਿਹੜਾ ਸਰੀ ਦੇ ਵਿੱਚ ਆ ਜਾਂ ਵੈਨਕੂਵਰ ਦੇ ਵਿੱਚ ਕੰਮ ਆ, ਇਹ ਹੋਰ ਆ, ਇਹ ਹੱਥੀਂ ਕੰਮ ਜਿਹੜਾ ਜ਼ਿਆਦਾ ਕਰਦੇ ਆ। ਪੰਜਾਬੀ ਜਿਹੜੇ ਦੇ ਵਿੱਚ ਸਿੱਧੇ ਤੌਰ 'ਤੇ ਸਟਰੀਟ ਦੇ ਉੱਤੇ ਡਰੱਗ ਦੀ ਤਸਕਰੀ ਕਰਨੀ ਜਿਹੜੀ ਆ ਜਾਂ ਡਰੱਗ ਵੇਚਣੀ ਉਹਦੇ ਵਿੱਚ ਸ਼ਾਮਿਲ ਆ, ਬਾਰਡਰ ਤੋਂ ਡਰੱਗ ਜਿਹੜੀ ਲੰਘਾਉਣੀ ਉਹਦੇ ਵਿੱਚ ਸ਼ਾਮਿਲ ਆ, ਇੱਥੋਂ ਤੱਕ ਕਿ ਪੈਸੇ ਲੈ ਕੇ ਕਤਲ ਕਰਨ ਦੇ ਵਿੱਚ ਵੀ, ਜਿਹੜੇ ਸਪਾਰੀ ਕਿਲਿੰਗ ਜਿਹਨਾਂ ਨੂੰ ਕਹਿ ਦਿੰਦੇ ਹਾਂ ਉਹਦੇ ਵਿੱਚ ਵੀ ਸ਼ਾਮਿਲ ਆ। ਇੱਦਾਂ ਇੱਕ ਵਾਰੀ ਇੱਕ ਸੱਜਣਾ ਨੇ ਸਵਾਲ ਪੁੱਛਿਆ ਸੀਗਾ ਜੀ, ਉਹ ਕਹਿੰਦੇ ਵੀ ਸਰੀ ਦੇ ਵਿੱਚ ਕੱਲ੍ਹ ਹੀ ਜ਼ਿਆਦੇ ਆ ਇਹ ਸਾਰਾ ਕੁਛ, ਵੀ ਪੰਜਾਬੀ ਤਾਂ ਕੈਲੀਫੋਰਨੀਆ ਵੀ ਰਹਿੰਦੇ ਆ, ਪੰਜਾਬੀ ਬ੍ਰੈਂਪਟਨ ਦੇ ਵਿੱਚ ਵੀ ਸਰੀ ਜਿੰਨੇ ਰਹਿੰਦੇ ਆ, ਲੰਡਨ ਦੇ ਵਿੱਚ ਵੀ ਬਹੁਤ ਸੰਘਣੀ ਵਸੋਂ ਆ ਪੰਜਾਬੀਆਂ ਦੀ, ਆਸਟ੍ਰੇਲੀਆ ਨਿਊਜ਼ੀਲੈਂਡ ਵੀ ਬਹੁਤ ਹੋ ਗਿਆ, ਵੀ ਇੱਥੇ ਕਿਉਂ ਆ? ਤਾਂ ਉਹਦਾ ਜਵਾਬ ਇਹ ਸਰ ਜੀ ਨਿਕਲਦਾ ਆ ਕਿ ਜਿੱਥੇ ਹੈ ਨਾ ਜੇ ਸ਼ਹਿਰ ਦਾ ਰਿਵਾਜ਼ ਪੈ ਜਾਵੇ, ਫੋਰ ਐਗਜ਼ਾਮਪਲ ਵੀ ਹੁਣ ਟੋਰਾਂਟੋ ਦੇ ਵਿੱਚ ਕੰਸਟਰਕਸ਼ਨ ਇੰਡਸਟਰੀ ਜਿਹੜੀ ਸਾਰੀ ਉਹ ਇਟਾਲੀਅਨ ਦੇ ਕੋਲ ਆ, ਆਪਣੇ ਬੰਦੇ ਰੈਨੋਵੇਸ਼ਨ ਦਾ ਕੰਮ ਕਰਦੇ ਆ, ਪਰ ਸਰੀ ਵਾਂਗੂ ਨਹੀਂ, ਵੀ ਫੁੱਲ ਫਲੈਜ ਕੰਮ ਕੰਸਟਰਕਸ਼ਨ ਦਾ ਆਪਣੇ ਬੰਦਿਆਂ ਕੋਲ ਆ। ਹੁਣ ਸਰੀ ਦੇ ਵਿੱਚ ਜਿਹੜਾ ਬੰਦਾ ਆਊਗਾ ਜੀ ਬਾਹਰੋਂ ਪੰਜਾਬ ਤੋਂ ਆਊਗਾ, ਉਹਦੇ ਜ਼ਿਆਦਾ ਚਾਂਸਸ ਇਹ ਆ ਵੀ ਉਹ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਜਾ ਕੇ ਕੰਮ ਕਰੂਗਾ, ਜਾਂ ਉਹ ਫਾਰਮਾਂ ਦੇ ਵਿੱਚ ਜਾਊਗਾ, ਅਤੇ ਜਾਂ ਟਰੱਕਿੰਗ ਦੇ ਵਿੱਚ ਜਾਊਗਾ, ਅਤੇ ਜੇ ਕੋਈ ਵਿਗੜਿਆ ਤਿਗੜਿਆ ਮਗਰੋਂ ਆਇਆ ਤਾਂ ਉਹ ਡਰੱਗ ਦੇ ਵਿੱਚ ਜਾਊਗਾ, ਕਿਉਂਕਿ ਉਹਦੇ ਆਉਂਦੇ ਵਾਸਤੇ ਮਾਹੌਲ ਤਿਆਰ ਆ, ਉਹਦੇ ਕੰਮ ਦਾ ਅਤੇ ਮਤਲਬ ਉਹਦੇ ਕੰਮ ਦਾ ਮਤਲਬ, ਯਾਨੀ ਕਿ ਹੁਣ ਬੰਦਾ ਸਰ ਪੰਜਾਬ ਤੋਂ ਆਉਂਦਾ, ਸਾਲ ਕਿਸੇ ਨੇ ਉਹਨੇ ਕਿਸੇ ਨੇ ਕੈਮਟਨ ਦੇ ਉੱਤੇ ਲਾਇਆ, ਫਰੇਮ ਦੇ ਉੱਤੇ ਲਾਇਆ, ਉਦੋਂ ਬਾਅਦ ਕੰਪਨੀ ਖੋਲ੍ਹ ਲਈ ਆਪਣੀ, ਇੱਦਾਂ ਪੰਜਾਬ ਤੋਂ ਬੰਦਾ ਆਇਆ ਜਿਹਦੀ ਬਿਰਤੀ ਇਹੋ ਜਿਹੀ ਹੈਗੀ ਆ, ਮੂਹਰੇ ਉਹਦੇ ਚਾਚੇ ਭੂਆ ਦੇ ਮੁੰਡੇ ਜਾਂ ਕੋਈ ਰਿਸ਼ਤੇਦਾਰ, ਕੋਈ ਜਾਣ ਪਛਾਣ ਵਾਲਾ ਡਰੱਗ ਵੇਚਦਾ ਆ, ਉਹਨੇ ਨਾਲ ਜੀ ਸਾਲ ਦੇ ਵਿੱਚ ਹੀ ਕਾਰੀਗਰ ਹੋ ਜਾਣਾ ਆ। ਸੋ ਉਹਦੇ ਆਉਣ ਲਈ ਮਾਹੌਲ ਜਿਹੜਾ ਤਿਆਰ ਹੋਇਆ, ਜਿਹੜਾ ਕਿ ਕੈਲੀਫੋਰਨੀਆ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਹੈਗਾ ਹੈ, ਪਰ ਇੰਨੀ ਵੱਡੀ ਪੱਧਰ 'ਤੇ ਨਹੀਂ ਜਿੰਨਾ ਸਰੀ ਵੈਨਕੂਵਰ ਹੈ। ਬਿਲਕੁਲ ਉਹੀ ਗੱਲ, ਜਿੱਦਾਂ ਪਿੰਡਾਂ ਦੇ ਰਿਵਾਜ਼ ਹੁੰਦੇ ਸੀ ਵੀ ਸੰਸਾਰਪੁਰ 'ਚ ਹਾਕੀ ਆ ਤਾਂ ਉਹ ਸਾਰੇ ਹਾਕੀ ਖੇਡਣ ਲੱਗ ਪੈਂਦੇ ਸੀ, ਉਹ ਇੱਕ ਰੀਤ ਪੈ ਜਾਂਦੀ, ਜਾਗ ਲੱਗ ਜਾਂਦਾ, ਜਾਗ ਲੱਗ ਜਾਂਦਾ ਜੀ। ਬੀਸੀ ਦੇ ਸਾਬਕਾ ਪ੍ਰੀਮੀਅਰ ਗੋਲਡਨ ਕੈਂਬਲ ਚਰਚਾ 'ਚ ਨੇ, ਕੀ ਮਾਮਲਾ ਜੀ, ਅਤੇ ਥੋੜ੍ਹਾ ਜਿਹਾ ਇਹਨਾਂ ਬਾਰੇ ਜਾਣਕਾਰੀ ਵੀ ਦੱਸਿਓ ਵੀ ਕਦੋਂ ਸੀਗੇ ਜਿਹੜੇ ਇਹ ਗੋਲਡਨ ਕੈਂਬਲ ਹੋਣੀ ਆ ਜੀ? ਕਿ ਇਹ ਜਦੋਂ NDP ਹਾਰੀ ਆ ਜੀ 2001 ਦੇ ਵਿੱਚ, ਬਹੁਤ ਬੁਰੀ ਤਰ੍ਹਾਂ ਹਾਰੀ ਆ, ਉਜਲ ਦਸਾਂਝ ਹੋਣੀ ਥੋੜ੍ਹਾ ਜਿਹਾ ਬਿੰਗ ਫੇਰ ਪਾ ਕੇ ਪ੍ਰੀਮੀਅਰ ਬਣ ਗਏ ਸੀਗੇ, ਕਿਉਂਕਿ NDP ਜਿਹੜੀ ਆ ਉਹਨਾਂ ਦੇ ਜਿਹੜੇ ਉਸ ਵੇਲੇ ਦੇ ਪ੍ਰੀਮੀਅਰ ਸੀਗੇ ਗਲੈਨ ਕਲਾਰਕ, ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੀਗਾ। ਅਸਤੀਫਾ ਵੀ ਕਿਉਂ ਦੇਣਾ ਪੈ ਗਿਆ ਸੀਗਾ, ਨਿੱਕੀ ਜਿਹੀ ਗੱਲ ਕਰਕੇ ਉਹਨਾਂ ਨੇ ਕਿਸੇ ਤੋਂ ਆਪਣੇ ਸੰਡਕ ਦਾ ਕੰਮ ਕਰਵਾ ਲਿਆ ਸੀਗਾ, ਅਤੇ ਸੰਡਕ ਦਾ ਕੀ ਹੋ, ਸੰਡਕ ਦੇ ਉੱਤੇ ਰਿਪੇਅਰ ਕਰਵਾ ਲਈ ਸੀਗੀ, ਅਤੇ ਉਹਦੇ ਵਿੱਚੋਂ ਗੱਲ ਇੰਨੀ ਮੀਡੀਆ 'ਚ ਚੱਕੀ ਵੀ ਤੁਸੀਂ ਪ੍ਰੀਮੀਅਰ ਹੋ ਕੇ ਕਿਸੇ ਤੋਂ ਇਹ ਜਿਹੜੀ ਫੇਵਰ ਲਈ ਕਾਹਦੇ ਵਾਸਤੇ? ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਉਦੋਂ ਬਾਅਦ ਦੇ ਵਿੱਚ ਜਿਹੜੀਆਂ ਵੀ ਨੋਮੀਨੇਸ਼ਨ ਹੋਈਆਂ, ਨੋਮੀਨੇਸ਼ਨ ਵਿੱਚ ਪੰਜਾਬੀ ਸਟਾਈਲ ਗੜਬੜੀ ਕਰਕੇ ਉਜਲ ਸਾਂਝ ਹੋਣੀ ਪ੍ਰੀਮੀਅਰ ਬਣ ਗਏ। ਉਦੋਂ ਬਾਅਦ ਦੇ ਵਿੱਚ NDP ਦਾ ਉਹ ਨਾ ਸਵੱਜਾ ਕੁਛ ਮਹੀਨਿਆਂ ਬਾਅਦ ਚੋਣਾਂ ਹੋਈਆਂ, 81 ਸੀਟਾਂ ਸੀ ਉਦੋਂ ਕੁੱਲ BC ਦੇ ਵਿੱਚ, ਅਤੇ 2 ਸੀਟਾਂ ਸਿਰਫ NDP ਨੂੰ ਮਿਲੀਆਂ ਸੀਗੀਆਂ,
ਇੱਕ ਜੈਨੀ ਕੁਮਾਨ ਸੀਗੀ ਐੱਮ ਐੱਲ ਏ ਦੇ, ਇੱਕ ਮੈਨੂੰ ਹੁਣ ਯਾਦ ਨਹੀਂ ਨਾ ਹੋਰ, ਬਾਕੀ ਸਾਰੀ ਸਣੇ ਐੱਨ ਡੀ ਵੀ ਪਿੱਛੇ ਉੱਜਲ ਸਾਂਝ ਹੋਣੀ ਸਾਰੇ ਧੋਤੇ ਗਏ ਸੀਗੇ, ਅਤੇ ਗੋਲਡਨ ਕੈਂਪ, ਅਤੇ ਗੋਲਡਨ ਕੈਂਪਰ ਨਹੀਂ ਉਦੋਂ ਫਿਰ ਲਿਬਰਲ ਪਾਰਟੀ ਸੀ, ਲਿਬਰਲ ਦੇ ਸੀ, ਹਾਂਜੀ, ਇਹ ਉਦੋਂ ਮੁੱਖ ਮੰਤਰੀ ਬਣੇ ਸੀਗੇ, ਫਿਰ ਦੋ ਟਰਮ ਆਏ ਮੁੱਖ ਮੰਤਰੀ ਰਹੇ ਆ, ਉਦੋਂ ਬਾਅਦ ਦੋ ਟਰਮਾਂ ਫਿਰ ਕ੍ਰਿਸਟੀ ਕਲਾਰਕ ਨੇ ਲਾਈਆਂ, 16 ਸਾਲ ਜਿਹੜਾ ਲਗਾਤਾਰ ਰਾਜ ਜਿਹੜਾ ਤਕਰੀਬਨ ਲਿਬਰਲ ਦਾ ਰਿਹਾ ਜੀ, ਹੁਣ ਫਿਰ ਐੱਨ ਡੀ ਪੀ ਹੈਗੀ ਆ, ਯਾਨੀ ਕਿ ਉੱਜਲ ਸਾਂਝ ਉਹਨਾਂ ਦੇ ਚੱਟਿਓ ਰੁੱਖ ਜਿਹੜੇ ਆ ਉਹ 15-16 ਸਾਲ ਬਾਅਦ ਜਾ ਕੇ ਹਰੇ ਹੋਏ ਸੀਗੇ, ਅਤੇ ਜਿਹੜੇ ਗੋਲਡਨ ਕੈਂਪ ਹੋਣੀ ਆ ਹਮੇਸ਼ਾ ਚਰਚਾ 'ਚ ਰਹੇ ਆ, ਇੱਕ ਤਾਂ ਚਰਚਾ 'ਚ ਇਸ ਕਰਕੇ ਰਹੇ ਵੀ ਜਦੋਂ ਐੱਨ ਡੀ ਪੀ ਦਾ ਰਾਜ ਸੀ ਉਸ ਵੇਲੇ ਇੱਥੇ ਸੂਬਾ ਪਰ ਸੈਸ਼ਨ ਦੇ ਵਿੱਚ ਸੀਗਾ, ਅੱਛਾ ਜੀ, ਕਲੀਨ ਅਪ ਦੇ ਕੰਮ ਲਈ ਲੋਕ ਮਿਹਨਤਾਂ ਕਰਦੇ ਹੁੰਦੇ ਜੀ, ਮੈਨੂੰ ਕੰਮ 'ਤੇ ਲੈ ਜਾ, ਪੀਣ ਵਾਲੀਆਂ ਬੈਲਾਂ ਚੱਲਦੀਆਂ ਹੁੰਦੀਆਂ ਸੀਗੀਆਂ, ਕਿਤੇ ਕੋਈ ਚੱਜ ਦੀ ਕੋਈ ਗੱਡੀ ਨਹੀਂ ਸੀ ਹੁੰਦੀ, ਗੋਲਡਨ ਕੈਂਪਲ ਦੇ ਰਾਜ ਦੇ ਵਿੱਚ ਬੀ ਸੀ ਦੇ ਵਿੱਚ ਹਮਰ ਚੱਲਣ ਲੱਗੇ ਸੀਗੇ, ਲੋਕਾਂ ਕੋਲ ਪੈਸੇ ਆ ਗਏ ਸੀਗੇ, ਘਰਾਂ ਦੀ ਮਾਰਕੀਟ ਜਿਹੜੀ ਅਪ ਹੋ ਗਈ ਸੀਗੀ, ਪਰ ਜਿਵੇਂ ਗੱਲ ਆ ਕਿ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਟਰਮਾਂ ਦੋ ਪੂਰੀਆਂ ਕਰ ਲਈਆਂ, ਫਿਰ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਕੈਨੇਡੀਅਨ ਅੰਬੈਸਡਰ ਬਣਾ ਕੇ ਭੇਜ ਦਿੱਤਾ ਗਿਆ ਸੀਗਾ ਜੀ, ਅੱਛਾ ਜੀ, ਆਪਣੇ ਰਾਜਕਾਲ ਦੇ ਵਿੱਚ ਵੀ ਉਹਨਾਂ ਕੋਲ ਇੱਕ ਗਲਤ ਕੰਮ ਹੋ ਗਿਆ ਸੀਗਾ ਕਿ ਉਹ ਹਵਾਈ ਘੁੰਮਣ ਫਿਰਨ ਗਏ ਹੋਏ ਸੀਗੇ, ਉੱਥੇ ਸ਼ਰਾਬ ਪੀ ਕੇ ਗੱਡੀ 'ਚ ਲਾ ਲਈ ਅਤੇ ਉੱਥੇ ਵੀ ਉਹ ਗ੍ਰਿਫਤਾਰ ਹੋ ਗਏ ਸੀਗੇ, ਹੁਣ ਜਿਹੜੇ ਦੋਸ਼ ਲੱਗੇ ਆ ਉੱਥੇ ਇੰਗਲੈਂਡ ਦੇ ਵਿੱਚ 2013 ਦੇ ਵਿੱਚ ਉੱਥੇ ਕੰਮ ਕਰਦੀ ਜਿਹੜੀ ਆ ਕੌਂਸਲਖਾਨੇ ਦੇ ਵਿੱਚ ਜਾਂ ਅੰਬੈਸੀ ਦੇ ਵਿੱਚ ਇੱਕ ਲੜਕੀ ਆ, ਉਹ ਕਹਿੰਦੀ ਵੀ ਇਹਨਾਂ ਨੇ ਜਿਨਸੀ ਛੇੜਛਾੜ ਕੀਤੀ ਆ ਜੀ, ਅੱਛਾ ਜੀ, 2013 ਦਾ ਜਿਹੜਾ ਮਾਮਲਾ ਸੀਗਾ 2014 ਦੇ ਵਿੱਚ ਸਮਝੌਤਾ ਹੋ ਗਿਆ, ਗੱਲ ਆਈ ਗਈ ਹੋ ਗਈ, ਹੁਣ ਉਹਨੇ ਜਾ ਕੇ ਦੁਬਾਰਾ ਗੋਲਡਨ ਕੈਂਪਲ ਨੂੰ ਤਾਂ ਫੈਡਰਲ ਜਿਹੜੀ ਕੈਨੇਡਾ ਸਰਕਾਰ ਆ ਉਹਨੂੰ ਸੂ ਕਰ ਦਿੱਤਾ, ਯਾਨੀ ਕਿ ਮੁਕੱਦਮਾ ਕਰ ਦਿੱਤਾ ਵੀ ਮੈਨੂੰ ਮਾਨਸਿਕ ਪਰੇਸ਼ਾਨੀ ਬਹੁਤ ਹੋਈ ਆ, ਮੇਰੀ ਬੇਇੱਜ਼ਤੀ ਬਹੁਤ ਹੋਈ ਆ, ਇਸ ਕਰਕੇ ਮੈਨੂੰ ਜਿਹੜਾ ਆ ਉਹ ਡੈਮੇਜਸ ਦਿੱਤੇ ਜਾਣ ਜੀ। ਫੇਸਬੁੱਕ ਦਾ ਭਾਰਤ ਦੇ ਵਿੱਚ ਰੌਲਾ ਪੈ ਰਿਹਾ ਸੀ, ਅਸੀਂ ਖਬਰ ਕੀਤੀ ਸੀ ਵੀ ਕੋਈ ਪਾਰਟੀ ਜਿਹੜੀ ਆ ਕਿਸੇ ਦੀ ਸਪੋਰਟ ਕੋਈ ਕਰ ਰਿਹਾ, ਕਿਸੇ ਦੀ ਕੋਈ ਕਰ ਰਿਹਾ, ਕੀ ਮਾਮਲਾ ਜੀ? ਵਾਲ ਸਟਰੀਟ ਚੈਨਲ ਨੇ ਜੀ ਇਹ ਸਟੋਰੀ ਸਭ ਤੋਂ ਪਹਿਲਾਂ ਕੱਢੀ ਸੀ, ਆਪਾਂ ਮੈਨੂੰ ਤਕਰੀਬਨ ਪਿਛਲੇ 10 ਦਿਨ ਤੋਂ ਗੱਲ ਕਰ ਰਹੇ ਹਾਂ ਜੀ, ਗਾਹੇ ਬਗਾਹੇ ਇਹਦੀ ਕਿ ਫੇਸਬੁੱਕ ਭਾਰਤ ਦੇ ਵਿੱਚ ਭਾਜਪਾ ਦੇ ਹੱਥਾਂ 'ਚ ਖੇਡ ਰਹੀ ਹੈ, ਜਦੋਂ ਇਹ ਗੱਲ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਗਈ ਤਾਂ ਫਿਰ ਫੇਸਬੁੱਕ ਨੂੰ ਵੀ ਲੱਗਾ ਵੀ ਹੁਣ ਬਦਨਾਮੀ ਜ਼ਿਆਦਾ ਹੋਣ ਲੱਗੀ ਆ, ਵੀ ਇਹਦਾ ਸਿੱਧੀ ਗੱਲ ਚੱਲ ਗਈ ਵੀ ਹੁਣ ਜਿਹੜੀ ਅਣਖੀ ਦਾਸ ਫੇਸਬੁੱਕ ਦੀ ਨੀਤੀ ਘਾੜੀ ਆ ਭਾਰਤ ਵਿੱਚ ਵੀ ਉਹ ਤਾਂ ਸਿੱਧੀ ਜਾ ਕੇ ਭਾਜਪਾ ਨਾਲ ਵਗਲ ਗੀ ਰਿਹਾ, ਅਤੇ ਟੀ ਰਾਜਾ ਸਿੰਘ ਵਰਗੇ ਬੰਦੇ ਜਿਹੜੇ ਭਾਜਪਾ ਦੇ ਆਗੂ ਆ ਉਹ ਸ਼ਰਿਆ ਮੁਸਲਮਾਨਾਂ ਨੂੰ ਮਾਰਨ ਦੀਆਂ ਧਮਕੀਆਂ ਦੇਈ ਜਾਂਦੇ ਆ ਫੇਸਬੁੱਕ ਦੇ ਉੱਤੇ, ਗਾਲਾਂ ਕਢਵਾਈ ਜਾਂਦੇ ਆ, ਉਹਨਾਂ ਦਾ ਕੋਈ ਪੇਜ ਬਲੌਕ ਨਹੀਂ ਹੋ ਰਿਹਾ, ਅਤੇ ਉਹਨਾਂ ਦਾ ਕੋਈ ਇਹ ਨਹੀਂ ਹੈਗਾ ਕਿ ਉਹਨਾਂ ਦੀ ਕੋਈ ਰਿਪੋਰਟ ਹੋ ਰਹੀ ਆ ਜਾਂ ਫਲੈਗ ਹੋ ਰਿਹਾ ਪੇਜ, ਸ਼ਰਿਆ ਬੋਲੀ ਜਾ ਰਹੇ ਆ, ਅਤੇ ਫਿਰ ਲੋਕ ਕਹਿੰਦੇ ਵੀ ਅਸੀਂ ਗੱਲ ਕਰਦੇ ਹਾਂ, ਆਮ ਲੋਕ ਗੱਲ ਕਰਦੇ ਹਾਂ, ਸਾਡੀ ਝੱਟ ਸ਼ਿਕਾਇਤ ਹੋ ਜਾਂਦੀ ਹੈ, ਸਾਡੇ ਪੇਜ ਚੱਕੇ ਜਾਂਦੇ ਆ, ਸਾਡੀ ਪ੍ਰੋਫਾਈਲ ਬਲੌਕ ਹੋ ਜਾਂਦੀ ਹੈ, ਵੀ ਇਹਨਾਂ ਦਾ ਕਿਉਂ ਨਹੀਂ ਹੁੰਦਾ ਕਰਕੇ ਭਾਜਪਾ ਦੇ ਆਗੂ ਤਾਂ ਨਹੀਂ ਹੁੰਦਾ, ਹੁਣ ਫਿਰ ਜਾ ਕੇ ਅਖੀਰ ਫੇਸਬੁੱਕ ਨੇ ਟੀ ਰਾਜਾ ਸਿੰਘ ਦਾ ਜਿਹੜਾ ਜੀ ਫਿਰ ਖਾਤਾ ਆ ਉਹ ਡਿਲੀਟ ਕਰ ਦਿੱਤਾ ਆ, ਫੇਸਬੁੱਕ ਤੋਂ ਵੀ ਕਰ ਦਿੱਤਾ ਅਤੇ ਇੰਸਟਾਗ੍ਰਾਮ ਤੋਂ ਵੀ ਕਰਤਾ, ਕਿਉਂਕਿ ਇੰਸਟਾਗ੍ਰਾਮ ਵੀ ਤਾਂ ਫੇਸਬੁੱਕ ਦਾ ਹੀ ਪਲੇਟਫਾਰਮ ਹੈਗਾ ਜੀ, ਅਤੇ ਹੁਣ ਨਾਲ ਹੀ ਜਿਹੜੇ ਮਾਰਕ ਜ਼ਕਰਬਰਗ ਆ ਉਹਨਾਂ ਨੇ ਚਿੱਠੀਆਂ ਦਾ ਜਵਾਬ ਦੇਣਾ ਸ਼ੁਰੂ ਕੀਤਾ ਜੀ, ਪੰਜਾਬ ਦੇ ਵਿੱਚ ਕੁਝ ਭਾਰਤ ਦੇ ਵਿੱਚ ਕੁਝ ਸਿਆਸੀ ਪਾਰਟੀਆਂ, ਕੁਝ ਜਿਹੜੀਆਂ ਹੋਰ ਸ਼ਖਸੀਅਤਾਂ ਹੈਗੀਆਂ ਸਮਾਜ ਦੀਆਂ, ਉਹਨਾਂ ਨੇ ਫੇਸਬੁੱਕ ਨੂੰ ਚਿੱਠੀਆਂ ਲਿਖੀਆਂ ਸੀ ਕਿ ਤੁਸੀਂ ਇਹ ਭਾਰਤ ਵਿੱਚ ਗੰਦ ਪਵਾ ਰਹੇ ਹਾਂ, ਵੀ ਤੁਹਾਡਾ ਜਿਹੜਾ ਪਲੇਟਫਾਰਮ ਆ ਇਹਦੇ ਜ਼ਰੀਏ ਨਫ਼ਰਤ ਪ੍ਰਚਾਰੀ ਜਾ ਰਹੀ ਆ, ਹੁਣ ਜ਼ਕਰਬਰਗ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਅਤੇ ਫਿਊਚਰ ਵਿੱਚ ਇਸ ਗੱਲ ਦਾ ਯਕੀਨ ਰੱਖਾਂਗੇ, ਯਕੀਨੀ ਬਣਾਵਾਂਗੇ ਕਿ ਮੁੜ ਕੇ ਅਜਿਹੀ ਗੱਲ ਜਿਹੜੀ ਆ ਉਹ ਕਿ ਕਾਰਵਾਈ ਨਾ ਹੋਵੇ, ਕੋਈ ਬੰਦਾ ਸਾਡਾ ਪਲੇਟਫਾਰਮ ਵਰਤ ਕੇ ਕਿਸੇ ਨੂੰ ਗਲਤ ਨਾ ਬੋਲ ਸਕੇ। ਤੁਹਾਡਾ ਫੇਸਬੁੱਕ 'ਤੇ ਕਾਫੀ ਫੋਲੋਇੰਗ ਆ, ਤੁਸੀਂ ਕਾਫੀ ਐਕਟਿਵ ਰਹਿੰਦੇ ਆ ਫੇਸਬੁੱਕ 'ਤੇ, ਇਹ ਹੁਣ ਮਤਲਬ ਇਹ ਵੀ ਇੱਕ ਜਿਹੜਾ ਤੁਹਾਡਾ ਜੋ ਕੁਝ ਤੁਸੀਂ ਫੇਸਬੁੱਕ 'ਤੇ ਲਿਖਦੇ ਆ ਇਹ ਵੀ ਕਾਨੂੰਨੀ ਆਧਾਰ ਬਣਦਾ ਜਾ ਰਿਹਾ। ਅੱਜ ਮੈਂ ਖਬਰ ਪੜ੍ਹਦਾ ਸੀ ਆਸਟ੍ਰੇਲੀਆ ਦੇ ਵਿੱਚ ਇੱਕ ਔਰਤ ਸੀ, ਉਹ ਪ੍ਰੈਗਨੈਂਟ ਸੀਗੀ, ਘਰ ਦੇ ਵਿੱਚ ਬੈਠੀ ਸੀ, ਉੱਥੇ ਕੋਈ ਐਂਟੀ ਜਿਹੜਾ ਇਹ ਵਾਇਰਸ ਦੇ ਐਂਟੀ ਲੋਕਡਾਊਨ ਕੰਪੇਨ ਸੀ, ਉਹਨੇ ਪਾ ਦਿੱਤਾ ਵੀ 19 ਤਰੀਕ ਨੂੰ ਇੱਥੇ 9 ਵਜੇ ਇਕੱਠੇ ਹੋਵੋ, ਆਪਾਂ ਉੱਥੇ ਮੁਜ਼ਾਹਰਾ ਕਰਨਾ। ਪੁਲਿਸ ਉਹਨੂੰ ਘਰੋਂ ਫੜ ਕੇ ਲੈ ਗਈ, ਉਹਦੇ ਹਸਬੈਂਡ ਨੇ ਉਹਦੀ ਫੇਸਬੁੱਕ ਦੇ ਉੱਤੇ ਵੀਡੀਓ ਬਣਾਈ, ਉਹਦੇ 2 ਬੱਚੇ ਆ, ਪ੍ਰੈਗਨੈਂਟ ਉਹ ਆਪ ਆ, ਉਹਨੂੰ ਉਹਦੀ ਉਸ ਪੋਸਟ ਦੇ ਆਧਾਰ 'ਤੇ ਅਰੈਸਟ ਕਰ ਲਿਆ ਵੀ ਤੂੰ ਇਹ ਗਲਤ ਕੰਮ ਕਰ ਰਹੀ ਹੈ। ਇਹ ਹੁਣ ਇੰਨਾ ਮਹੱਤਵਪੂਰਨ ਡਾਕੂਮੈਂਟ ਬਣ ਗਿਆ ਬੰਦੇ ਦਾ ਜੀ? ਦੇਖੋ ਜੀ, ਜਿਹੜਾ ਲਾਅ ਦੀ ਜਾਣਕਾਰੀ ਨਾ ਹੋਣਾ, ਜਿਹੜਾ ਇਗਨੋਰੈਂਟ ਹੋਣਾ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਰਸ ਆ, ਪਾਪ ਹੈਗਾ ਆ। ਕਿਸੇ ਨੂੰ ਵੀ ਕੁਛ ਕਹਿਣਾ, ਤੁਸੀਂ ਉਹਨੂੰ ਲਿਖ ਕੇ ਕਹਿਤਾ, ਤੁਸੀਂ ਉਹਨੂੰ ਬੋਲ ਕੇ ਕਹਿਤਾ, ਤੁਸੀਂ ਉਹਨੂੰ ਅਖਬਾਰ 'ਚ ਕਹਿਤਾ, ਤੁਸੀਂ ਉਹਨੂੰ ਰਵਾਇਤੀ ਮੀਡੀਆ ਰੇਡੀਓ ਟੀਵੀ 'ਤੇ ਕਹਿਤਾ, ਚਾਹੇ ਸੋਸ਼ਲ ਮੀਡੀਆ 'ਤੇ ਕਹਿਤਾ, ਚਾਹੇ ਮੂੰਹੋਂ ਤੋਂ ਹੀ ਕਹਿਤਾ, ਉਹ ਲਾਇਬਲ ਆ ਜੀ। ਅੱਛਾ ਜੀ, ਤੁਹਾਨੂੰ ਅਗਲਾ ਜਿਹੜਾ ਆ ਉਹ ਸੂ ਵੀ ਕਰ ਸਕਦਾ, ਮੁਕੱਦਮਾ ਵੀ ਕਰ ਸਕਦਾ, ਤੁਹਾਡੇ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਆ, ਤੁਹਾਨੂੰ ਸਾਬਤ ਕਰਨਾ ਪੈਣਾ ਵੀ ਇਹ ਬੰਦੇ ਨੇ ਮੈਨੂੰ ਧਮਕੀ ਦਿੱਤੀ ਆ, ਆਹ ਮੇਰੇ ਕੋਲ ਸਬੂਤ ਹੈਗਾ। ਹੁਣ ਤੁਸੀਂ ਫੇਸਬੁੱਕ ਦੇ ਉੱਤੇ ਲਿਖ ਰਹੇ ਹਾਂ ਤਾਂ ਸਿੱਧਾ ਸਬੂਤ ਆਪ ਦੇ ਰਹੇ ਹਾਂ, ਸਬੂਤ ਆ ਵੈਸੇ ਨਹੀਂ ਵੀ ਮੈਂ ਤਾਂ ਮਜ਼ਾਕ ਫਨ ਕਰਦਾ ਜੀ, ਨੋ ਉੱਥੇ ਵੀ ਜੱਜ ਮੁਹਰੇ ਜਾ ਕੇ ਦੱਸਣਾ, ਸਾਬਤ ਕਰਨਾ ਪਊਗਾ ਵੀ ਮੈਂ ਫਨ ਕਰਦਾ ਸੀ, ਮੇਰਾ ਮਨਸ਼ਾ ਜਿਹੜਾ ਇਹ ਨਹੀਂ ਸੀਗਾ, ਜਦੋਂ ਇੱਕ ਚਾਰਜ ਲੱਗ ਗਿਆ, ਚਾਰਜ ਇਸ ਗੱਲ ਦੇ ਉੱਤੇ ਲੱਗਣੇ ਆ ਵੀ ਇਹਨੇ ਭੜਕਾਇਆ,
ਬਹੁਤੇ ਲੋਕਾਂ ਦਾ ਜਿੰਨਾ ਚਿਰ ਵਾਹ ਨਹੀਂ ਪੈਂਦਾ ਹੈ ਨਾ, ਉਨਾ ਚਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਮੁਕੱਦਮੇ ਜਿਹੜੇ ਆ ਵੀ ਉਹ ਕਿਵੇਂ ਭੁਗਤਣੇ ਔਖੇ ਆ ਅਤੇ ਕਿਵੇਂ ਹੋ ਜਾਂਦੇ ਆ। ਪਰ ਹੁੰਦਾ ਕੀ ਅਕਸਰ ਕਿ ਜਿਹੜੇ ਨੰਗ ਮਲੰਗ ਲੋਕ ਹੈ ਜੀ, ਹੁਣ ਫੇਸਬੁੱਕ ਦੇ ਉੱਤੇ ਆਈਡੀਆਂ ਇੰਨੀਆਂ ਨਕਲੀ ਬਣਾਈਆਂ ਹੋਈਆਂ, ਪੜੂੰਗੇ ਕਿਵੇਂ? ਠੀਕ ਹੈ, ਈਮੇਲ ਵੀ ਨਕਲੀ, ਤੁਹਾਡਾ ਪਾਸਵਰਡ ਵੀ ਜਾਅਲੀ, ਉਦੋਂ ਬਾਅਦ ਵੀ ਜਿਹੜੀ ਤੁਸੀਂ ਆਈਡੀ ਬਣਾਈ ਹੋਈ ਪ੍ਰੋਫਾਈਲ ਉਹ ਵੀ ਜਾਅਲੀ, ਫੋਟੋ ਵੀ ਜਾਅਲੀ, ਫੜੋਂਗੇ ਕਿਨ? ਜੋ ਮਰਜ਼ੀ ਬੋਲੀ ਜਾਓ, ਪਰ ਜੇ ਤੁਸੀਂ ਕੋਈ ਨੋਨ ਹੈਗੇ ਆ, ਤੁਸੀਂ ਆਪਣੇ ਨਾਂ 'ਤੇ ਚਲਾ ਰਹੇ ਆ, ਤੁਸੀਂ ਕਿਸੇ ਦੀ ਸ਼ਾਨ ਦੇ ਵਿੱਚ ਗਲਤ ਕੁਛ ਬੋਲ ਗਏ ਆ, ਤੁਸੀਂ ਜਾਂ ਕੁਛ ਗਲਤ ਕਾਰਵਾਈ ਕੀਤੀ ਆ, ਬਕਾਇਦਾ ਤੁਸੀਂ ਸੂਹ ਖੋ ਸਕਦੇ ਹੋ, ਉਹਦਾ ਵੱਡਾ ਹਰਜ਼ਾਨਾ ਜਿਹੜਾ ਆ ਉਹ ਹੋ ਸਕਦਾ। ਇਹ ਕੋਈ ਮੁਫਤ ਵਾਲੀ ਗੱਲ ਨਹੀਂ ਹੈਗੀ, ਵੀ ਤਾਂ ਛੁਟਕਾਰੇ ਹੋ ਜਾਣੇ ਆ। ਬੜੀ ਬੜੀ ਜ਼ਿੰਮੇਵਾਰੀ ਵਾਲਾ ਕੰਮ, ਜ਼ਿੰਮੇਵਾਰੀ ਵਾਲਾ ਕੰਮ ਹੈ। ਅਸੀਂ ਪੰਜਾਬੀ ਬੋਲੀ ਬਾਰੇ ਅਕਸਰ ਗੱਲਬਾਤ ਕਰਦੇ ਹਾਂ, ਕੈਨੇਡਾ ਦੇ ਵਿੱਚ ਪੰਜਾਬੀ ਬੋਲੀ, ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੀ ਹਾਲਤ ਬਾਰੇ, ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਬੋਲੀ ਦੀ ਕੋਈ ਚਰਚਾ ਹੋ ਰਹੀ ਹੈ ਇਸ ਵੇਲੇ, ਹੁਣ ਉੱਥੇ ਕੀ ਮਾਮਲਾ ਹੋਇਆ ਜੀ ਇਹ? ਭਾਰਤ ਦੇ ਵਿੱਚ ਪੰਜਾਬੀ ਬੋਲੀ ਨੂੰ ਜੀ ਨਪੀੜਨ ਦੇ ਵਾਸਤੇ ਬਹੁਤ ਚਿਰਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਪੰਜਾਬੀ ਸੂਬਾ ਬਣਾਉਣ ਵੇਲੇ ਵੀ ਜੱਦੋਜਹਿਦ ਕਰਨੀ ਪਈ ਬੋਲੀ ਦੇ ਆਧਾਰ 'ਤੇ, ਬਾਕੀ ਸਾਰੇ ਸੂਬੇ ਵੈਸੇ ਹੀ ਬਣ ਗਏ ਸੀਗੇ ਅਤੇ ਇਹਨਾਂ ਨੂੰ ਫਿਰ ਸੰਘਰਸ਼ ਕਰਨਾ ਪਿਆ ਸੀਗਾ। ਪੰਜਾਬੀ ਜਿਹੜੀ ਵਿਰੋਧੀ ਸੋਚ ਆ ਜੀ, ਉਹ ਦੇਖੋ ਵੀ ਬਹੁਤ ਪਣਪ ਰਹੀ ਆ। ਮੈਂ ਕੱਲ੍ਹ ਚੰਡੀਗੜ੍ਹ ਸ਼ਹਿਰ ਦਾ ਲੋਗੋ ਦੇਖ ਰਿਹਾ ਸੀ, ਐਂਬਲਮ, ਉਹਦੇ ਉੱਤੇ ਹਿੰਦੀ 'ਚ ਲਿਖਿਆ ਚੰਡੀਗੜ੍ਹ, ਅੰਗਰੇਜ਼ੀ ਵਿੱਚ ਲਿਖਿਆ ਚੰਡੀਗੜ੍ਹ, ਪੰਜਾਬੀ 'ਚ ਹੈ ਨਹੀਂਗਾ। ਹਾਲਾਂਕਿ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਜਿਹੜਾ ਜੀ ਉਹ ਬਣਿਆ। ਇਹ ਵੀ ਗੱਲਾਂ ਭੁੱਲੀਆਂ ਨਹੀਂ ਕਿ ਜਦੋਂ ਹਰਿਆਣੇ ਦੇ ਵਿੱਚ ਪੰਜਾਬੀ ਬੋਲਣ ਵਾਲੇ ਇੰਨੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ, ਪੰਜਾਬ ਦੇ ਵਿੱਚ ਉਹ ਹਰਿਆਣਾ ਬਣਿਆ, ਹਾਲੇ ਵੀ ਲੋਕ ਪੰਜਾਬੀ ਬੋਲਦੇ ਆ, ਅਤੇ ਉੱਥੇ ਤਾਮਿਲ ਲਿਆ ਕੇ ਦੂਜੀ ਭਾਸ਼ਾ ਬਣਾ ਦਿੱਤੀ ਗਈ ਸੀਗੀ ਜੀ, ਜਿਹੜੀ ਕਿ ਇੱਥੇ ਕੋਈ ਲੇਖਾ ਦੇਖਿਆ ਹੀ ਨਹੀਂ ਗਾ ਨਾਲ। ਹਰਿਆਣੇ 'ਚ ਜੀ, ਹਰਿਆਣੇ ਦੇ ਵਿੱਚ ਦੂਜੀ ਭਾਸ਼ਾ ਦਾ ਰਤਬਾ ਤਾਮਿਲ ਭਾਸ਼ਾ ਨੂੰ ਦੇ ਦਿੱਤਾ ਗਿਆ ਸੀ। ਤਾਮਿਲ ਤਾਂ ਬਹੁਤ ਦੂਰ ਚਲੇ ਜਾਂਦੇ, ਲੱਗਦਾ ਕੁਛ ਨਹੀਂ ਜੀ, ਪਰ ਗੱਲ ਕੀ ਹੈ ਵੀ ਪੰਜਾਬੀ ਨਾਲ ਵੈਰ ਆ। ਹੁਣ ਕੀ ਹੋਇਆ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਲੱਖਾਂ ਲੋਕ ਪੰਜਾਬੀ ਬੋਲਦੇ ਆ, 1981 ਤੱਕ ਜਿਹੜੀ ਆ ਉਹ ਇਹਦੇ ਜ਼ਰੂਰੀ ਵਿਸ਼ਾ ਸਕੂਲਾਂ 'ਚ ਪੜ੍ਹਾਈ ਜਾਂਦੀ ਰਹੀ ਹੈ ਜੀ। ਅਤੇ ਹੁਣ ਕੀ ਹੋਇਆ ਕਿ ਕੇਂਦਰ ਸਰਕਾਰ, ਮੋਦੀ ਸਰਕਾਰ ਨੇ ਇੱਕ ਭਾਸ਼ਾਵਾਂ ਬਾਰੇ ਜਿਹੜਾ ਬਿੱਲ ਪਾਸ ਕਰਕੇ ਇਹ ਕਹਿਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਹੁਣ 3 ਸਰਕਾਰੀ ਭਾਸ਼ਾਵਾਂ ਹੋਣਗੀਆਂ। ਇੱਕ ਤਾਂ ਕਸ਼ਮੀਰੀ ਹੋਊਗੀ ਜਿਹੜੀ ਕਿ ਉਹਨਾਂ ਦੀ ਜ਼ਬਾਨ ਹੈਗੀ ਆ, ਦੂਜੀ ਡੋਗਰੀ ਆ ਜਿਹੜੀ ਕਿ ਪੰਜਾਬੀ ਦੀ ਉਪਭਾਸ਼ਾ ਆ ਜੀ, ਇਹ ਹਿਮਾਚਲ ਦੇ ਵਿੱਚ ਅਤੇ ਕੁਛ ਜੰਮੂ ਵਾਲੇ ਇਲਾਕੇ ਵਿੱਚ ਬੋਲੀ ਜਾਂਦੀ ਆ। ਇੱਕ ਕਹਿੰਦੇ ਉਹ ਹੋਊਗੀ, ਤੀਜੀ ਹਿੰਦੀ ਜਿਹੜੀ ਕਿ ਪੂਰਬੀਆਂ ਦੀ ਭਾਸ਼ਾ ਆ, ਉਹਨੂੰ ਜੰਮੂ ਕਸ਼ਮੀਰ 'ਚ ਕੋਈ ਬੋਲਦਾ ਨਹੀਂ, ਠੀਕ ਹੈ, ਨਾ ਹਿਮਾਚਲ ਵਿੱਚ ਕੋਈ ਬੋਲਦਾ, ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਉਸ ਹਿਸਾਬ ਨਾਲ ਵਧੀਆ ਹੈਗੀਆਂ, ਪਰ ਉਹ ਜਾਣੀ ਕਿ ਇੱਕ ਜਿਹੜਾ ਰਾਸ਼ਟਰਵਾਦ, ਹਿੰਦੂ ਰਾਸ਼ਟਰਵਾਦ ਬਣਾਉਣ ਦਾ ਭੂਤ ਦਿਮਾਗ 'ਤੇ ਚੜਿਆ ਆ ਵੀ ਹਿੰਦੀ ਹਿੰਦੂ ਹਿੰਦੁਸਤਾਨ, ਅਤੇ ਉਹ ਸਾਰਾ ਕੁਛ ਹੀ ਉਹ ਰਲਗੱਡ ਕਰਨਾ ਆ, ਉਹਦੇ ਕਰਕੇ ਜਿਹੜਾ ਜੀ ਉਹ ਪੰਜਾਬੀ ਵਿੱਚੋਂ ਬਾਹਰ ਕੱਢ ਕੇ ਹਿੰਦੀ ਜਿਹੜੀ ਇਹਦੇ ਸਿਰ 'ਤੇ ਬਿਠਾ ਦਿੱਤੀ ਗਈ ਆ, ਹੁਣ ਉਹਦਾ ਵਿਰੋਧ ਹੋ ਰਿਹਾ ਜੀ। ਜਿਹੜੀਆਂ ਪੰਜਾਬ ਦੀਆਂ ਭਾਸ਼ਾ ਪੱਖੀ ਜਿਹੜੀਆਂ ਸੰਸਥਾਵਾਂ ਨੇ ਉਹ ਵਿਰੋਧ ਕਰ ਰਹੀਆਂ। ਜੰਮੂ ਕਸ਼ਮੀਰ ਦੇ ਵਿੱਚ ਸਿੱਖਾਂ ਦੀ ਇੱਕ ਬਹੁਤ ਵੱਡੀ ਜਥੇਬੰਦੀ ਆ ਜਿਹੜੀ ਕਿ ਇਕੱਠੇ ਹੋ ਕੇ ਚੱਲ ਰਹੇ ਆ, ਜਗਮੋਹਨ ਸਿੰਘ ਰੈਣਾ ਉਹਨਾਂ ਦੇ ਆਗੂ ਨੇ ਜੀ, ਆਲ ਇੰਡੀਆ ਸਿੱਖ ਕੋਆਰਡੀਨੇਸ਼ਨ ਕਮੇਟੀ ਆ, ਆਈ ਥਿੰਕ ਉਹਦਾ ਨਾਂ ਆ, ਅਤੇ ਉਹਨਾਂ ਨੇ ਇੱਥੇ ਮੁਜ਼ਾਹਰੇ ਕੀਤੇ ਆ ਜੀ ਕਿ ਜਿਹੜੀ ਪੰਜਾਬੀ ਭਾਸ਼ਾ 'ਚ ਲੱਖਾਂ ਲੋਕ ਬੋਲਦੇ ਆ, ਵੀ ਸਾਡੇ ਨਾਲ ਧੱਕਾ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ। ਦਿੱਲੀ ਦੇ ਕੁਛ ਆਗੂ, ਅਕਾਲੀ ਆਗੂ ਆ ਸ਼ਾਇਦ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਵੱਲ ਮਾਰਚ ਕਰ ਰਹੇ ਜੀ, ਜਾਂ ਕੀਤਾ ਉਹਨਾਂ ਨੇ? ਇਹ ਅਕਾਲੀ ਆਗੂ ਜਿਹੜੇ ਕਿ ਪਹਿਲਾਂ ਬਾਦਲੀ ਆਗੂ ਹੋਇਆ ਕਰਦੇ ਸੀਗੇ, ਮਨਜੀਤ ਸਿੰਘ ਜੀ ਕੇ ਉਹਨਾਂ ਦੀ ਮੈਂ ਗੱਲ ਕਰ ਰਿਹਾ, ਜਿਹਨਾਂ ਨੇ ਹੁਣ ਜਾਗੋ ਪਾਰਟੀ ਬਣਾਈ ਆ। ਅੱਛਾ, ਅਤੇ ਉਹਨਾਂ ਨੇ ਇਹ ਇੱਕ ਜਿਹੜਾ ਇਹਨਾਂ ਦੀ 12 ਸਫਦਰ ਜੰਗ ਰੋਡ ਦੀ ਰਿਹਾਇਸ਼ ਹੈਗੀ ਆ ਸੁਖਬੀਰ ਬਾਦਲ ਉਹਨਾਂ ਦੀ, ਉੱਧਰ ਵੱਲੋਂ ਇੱਕ ਧਰਨਾ ਆ ਜੀ ਰੋਜ਼ ਦਿੱਲੀ ਦੇ ਵਿੱਚ, ਦਿੱਲੀ ਦੇ ਵਿੱਚ ਸ਼ਾਂਤਮਈ, ਕਿਉਂਕਿ ਐਮ ਪੀ ਕਰਕੇ ਸਰਕਾਰੀ ਕੋਠੀ ਮਿਲੀ ਹੁੰਦੀ ਹੈ ਨਾ ਜੀ, ਅਤੇ ਉੱਥੇ ਇਹਨੂੰ ਧਰਨਾ ਜਿਹੜਾ ਜੀ ਕੂਚ ਕੀਤਾ ਸੀਗਾ, ਕਹਿੰਦੇ ਵੀ ਸੁਖਬੀਰ ਬਾਦਲ ਚੁੱਪ ਕਿਉਂ ਆ, ਜਿਹੜਾ ਸਰੂਪਾਂ ਦਾ ਮਾਮਲਾ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਲਾਪਤਾ ਹੋ ਗਏ, ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰੀ ਆ ਉਹ ਜਿਹੜੇ ਫੜੇ ਗਏ ਆ, ਉਹ ਸ਼੍ਰੋਮਣੀ ਕਮੇਟੀ ਜਿਹਦੇ ਵਿੱਚ ਅਹੁਦੇ ਦੇਣ ਵੇਲੇ ਸਾਰੇ ਅਧਿਕਾਰ ਜਿਹੜੇ ਬਾਦਲ ਨੂੰ ਸੌਂਪ ਦਿੱਤੇ ਜਾਂਦੇ ਪਹਿਲਾਂ ਹੀ, ਤੁਸੀਂ ਬਣਾ ਦਿਓ ਜਿਹਨੂੰ ਬਣਾਉਣਾ ਪ੍ਰਧਾਨ ਸਕੱਤਰ, ਲਿਫਾਫਿਆਂ 'ਚੋਂ ਪਰਚੀਆਂ ਕੱਢਦੇ ਆ, ਵੀ ਉਹਨਾਂ ਨੇ ਜ਼ਬਾਨ ਤੱਕ ਨਹੀਂ ਖੋਲ੍ਹੀ ਇਹਦੇ ਮੁੱਦੇ 'ਤੇ ਵੀ ਉਹ ਕਿਉਂ ਨਹੀਂ ਖੋਲ੍ਹਦੇ ਹੈਗੇ। ਇਹ ਜਿਹੜੀ ਮੰਗ ਜੀ ਕੇ ਉਹਨਾਂ ਨੇ ਕੀਤੀ ਹੈ ਜੀ, ਨਾਲੇ ਇੱਕ ਅਲਟੀਮੇਟਮ ਦੇ ਦਿੱਤਾ ਉਹਨਾਂ ਨੇ, ਉਹ ਕਹਿੰਦੇ ਵੀ 7 ਦਿਨ ਦਿੱਤੇ ਤੁਹਾਨੂੰ, 7 ਦਿਨਾਂ ਦੇ ਵਿੱਚ ਵਿੱਚ ਦੱਸੋ ਵੀ ਤੁਹਾਡਾ ਇਹਦੇ 'ਤੇ ਸਟੈਂਡ ਕੀ ਆ, ਨਹੀਂ ਤਾਂ ਫਿਰ ਅਸੀਂ ਤੁਹਾਡੀ ਰਿਹਾਇਸ਼ ਵੀ ਘੇਰਾਂਗੇ ਅਤੇ ਹੋਰ ਅਕਾਲੀ ਆਗੂ ਜਿਹੜੇ ਆ ਉਹਨਾਂ ਦੀਆਂ ਰਿਹਾਇਸ਼ਾਂ ਵੀ ਜਿਹੜੀਆਂ ਉਹ ਘੇਰੀਆਂ ਜਾਣਗੀਆਂ। ਅਤੇ ਉਸ ਰੂਪਾਂ ਦੇ ਮਾਮਲੇ ਵਿੱਚ ਹੁਣ ਹੋਇਆ ਕਿ ਜਿਹੜੇ ਇੱਥੇ ਆਪਣੇ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਸੀਗਾ ਵੀ ਉਹ ਛਪ ਰਹੇ ਆ, ਫਿਰ ਉਹ ਸਾਰਾ ਮਾਮਲਾ ਹੱਲ ਹੋ ਗਿਆ ਸੀ, ਉਹਦੇ 'ਚ ਕੋਈ ਅਪਡੇਟ ਹੋਈ ਹੋ? ਉਹਦੇ ਵਿੱਚ ਅਪਡੇਟ ਇਹ ਹੋਈ ਹੈ ਜੀ ਕਿ ਰਪਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੇ ਜਿਹੜੇ ਜਿੰਨੇ ਛਾਪੇ ਹੋਏ ਸਰੂਪ ਸੀਗੇ ਉਹ ਜੀ ਜੀ ਜਿਹੜੀ ਪ੍ਰਿੰਟਿੰਗ ਪ੍ਰੈਸ ਸੀਗੀ ਉਹ ਅਤੇ ਨਾਲ ਹੋਰ ਜਿਹੜਾ ਮਾੜਾ ਮੋਟਾ ਸਮਾਨ ਸੀਗਾ ਉਹ ਸਾਰੇ ਸਰੀ ਦੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਨੂੰ ਸੌਂਪ ਦਿੱਤੇ ਸੀਗੇ, ਸਪੁਰਦ ਕਰ ਦਿੱਤੇ ਸੀਗੇ। ਜਿੱਦਣ ਸੰਗਤ ਨੇ ਧਰਨੇ ਦਾ ਪ੍ਰੋਗਰਾਮ ਲਿਖਿਆ ਉਦੋਂ ਪਹਿਲਾਂ ਹੀ ਜਾ ਕੇ ਜੀ ਉਹਨਾਂ ਨੇ ਈਮੇਲ ਕਰ ਦਿੱਤੀ ਸੀਗੀ ਕਿ ਆਹ ਲੈ ਜਾਓ ਮਿਹਨਤ ਵਾਲੀ ਗੱਲ ਆ ਵੀ ਧਰਨਾ ਜਿਹੜਾ ਜਾਂ ਮੁਜ਼ਾਹਰਾ ਨਾ ਕਰਿਓ, ਪਹਿਲਾਂ ਆਨਾ ਕਰਨੀ ਕਰ
ਹੁਣ ਕਈ ਸੱਜਣ ਸੋਚਣਗੇ ਵੀ ਇੰਟਰਨੈਟ ਤੋਂ ਡਾਊਨਲੋਡ ਕਰ ਲਓ ਸਾਰਾ ਗੁਰੂ ਗ੍ਰੰਥ ਸਾਹਿਬ ਤਾਂ ਉੱਥੇ ਪਿਆ ਆ, ਮੈਂ ਕਹਿਣ ਹੀ ਲੱਗਾ ਸੀ। ਪਰ ਜਿਹੜੀ ਪ੍ਰਿੰਟਿੰਗ ਦੇ ਕੰਮ 'ਚ ਬੰਦੇ ਜਾਣਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਕਿ ਇੰਟਰਨੈਟ ਦੇ ਉੱਤੇ ਜਿਹੜੀ ਚੀਜ਼ ਆਪਾਂ ਦੇਖਦੇ ਹਾਂ ਸਕਰੀਨ ਦੇ ਉੱਤੇ ਉਹਦੇ ਰੈਜੋਲੂਸ਼ਨ ਸਿਰਫ ਸਕਰੀਨ ਦੇ ਦੇਖਣ ਵਾਸਤੇ ਹੁੰਦੇ ਆ। ਜੇ ਤੁਸੀਂ ਕੋਈ ਚੀਜ਼ ਨੂੰ ਪ੍ਰਿੰਟ ਕਰਨੀ ਆ ਤੁਹਾਨੂੰ ਹਾਈ ਰੈਜੋਲੂਸ਼ਨ ਜਿਹੜੀ ਆ ਹਾਈ ਡੈਫੀਨੇਸ਼ਨ ਵਾਲੀ ਜਿਹੜੀ ਆ ਉਹ ਫਾਈਲ ਚਾਹੀਦੀ ਹੈ ਜਿਹਨੂੰ PDF ਫਾਈਲ ਜਿਹੜੀ ਆ ਉਹ ਕਹਿੰਦੇ ਆ, ਅਤੇ ਉਹ PDF ਫਾਈਲ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਦਿਖਾ ਰਿਹਾ ਉਹਨਾਂ ਕੋਲ ਪਈ ਆ, ਉੱਥੋਂ ਇੱਕ ਫਾਈਲ ਜਿਹੜੀ ਆ ਉਹ ਪੈਨ ਡਰਾਈਵ ਦੇ ਵਿੱਚ ਪਾ ਕੇ ਕਾਪੀ ਕਰਕੇ ਚੋਰੀ ਕਰਕੇ ਕਿਸ ਤਰੀਕੇ ਜਿਹੜੀ ਇੱਥੇ ਪਹੁੰਚਾਈ ਗਈ ਆ ਜੀ। ਅਤੇ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਚਿੱਠੀ ਲੈ ਕੇ ਇਹਨਾਂ ਦੋਵਾਂ ਨੂੰ ਪੁੱਛਿਆ ਵੀ ਸੱਜਣ ਨੂੰ ਦੱਸੋ ਵੀ ਇਹ ਪੈਨ ਡਰਾਈਵ ਤੁਹਾਨੂੰ ਕਿਹਨੇ ਦਿੱਤੀ ਸੀਗੀ, ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ, ਪੈਨ ਡਰਾਈਵ ਦੇ ਤੀ ਤੁਸੀਂ ਉੱਧਰ, ਪਰ ਉਹ ਪੈਨ ਡਰਾਈਵ ਤੁਹਾਡੇ ਤੱਕ ਪਹੁੰਚੀ ਕਿੱਦਾਂ, ਤੁਹਾਨੂੰ ਇੱਥੋਂ ਕਿਹਨੇ ਚੋਰੀ ਕਰਕੇ ਦਿੱਤੀ ਆ ਜਾਂ ਸੈਂਦਗੀ ਦਿੱਤੀ ਆ ਉਹਦਾ ਨਾਂ ਦੱਸੋ ਜੀ। ਹੁਣ ਉਹ 15 ਦਿਨ ਦਾ ਅਲਟੀਮੇਟਮ ਜਥੇਦਾਰ ਨੇ ਦੇ ਦਿੱਤਾ ਇਹਨਾਂ ਨੂੰ ਜੀ ਕਿ 15 ਦਿਨਾਂ ਦੇ ਵਿੱਚ ਇਹ ਗੱਲ ਜਿਹੜੀ ਆ ਕਲੀਅਰ ਕਰੋ। ਜਿੱਦਣ BC ਗੁਰਦੁਆਰਾ ਕੌਂਸਲ ਜਿਹੜੀ ਆ ਇਹਨਾਂ ਨੂੰ ਮਿਲਣ ਗਈ ਆ ਤਾਂ ਇਹ ਆ ਕੇ ਦੱਸਦੇ ਸੀਗੇ ਵੀ ਅਸੀਂ ਮਾਲਕ ਸਾਹਿਬ ਨੂੰ ਇਹੀ ਸਵਾਲ ਪੁੱਛਿਆ ਸੀਗਾ ਵੀ ਜਿਹੜੀ ਇਹ ਤੁਸੀਂ ਫਾਈਲ ਪ੍ਰਿੰਟ ਕਰਨ ਦੇ ਵਾਸਤੇ ਜਿਹੜਾ ਸਾਰੀ ਪ੍ਰਿੰਟਿੰਗ ਵਾਲੀ ਜਿਹੜੀ PDF ਇਹ ਕਿੱਥੋਂ ਲਈ। ਉਹ ਕਹਿੰਦੇ ਵੀ ਚੋਰ ਥੋੜ੍ਹੀ ਦੱਸਦਾ ਹੁੰਦਾ ਵੀ ਉਹ ਚੋਰੀ ਕਿੱਦਾਂ ਕੀਤੀ, ਇਹ ਜਵਾਬ ਸੀਗਾ ਮੂਹਰੇ ਉਹਨਾਂ ਦਾ, ਇਹ BC ਗੁਰਦੁਆਰਾ ਕੌਂਸਲ ਦੇ ਆਗੂ ਕਹਿ ਰਹੇ ਆ, ਮੈਂ ਨਹੀਂ ਕਹਿ ਰਿਹਾ। ਹੁਣ ਗੱਲ ਕੀ ਹੈਗੀ ਆ ਕਿ ਉਹ ਹੁਣ ਦੱਸਣਾ ਪਊਗਾ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਨੂੰ ਬੈਠ ਰਿਹਾ ਵੀ ਜਥੇਦਾਰ ਅਕਾਲ ਤਖਤ ਸਾਹਿਬ ਮਾਲਕ ਉਹਨਾਂ ਨੂੰ ਪੁੱਛਿਆ ਚੰਗੀ ਗੱਲ ਆ, ਪਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਆ ਜਿਹਨਾਂ ਵਿੱਚ ਰਜਿੰਦਰ ਸਿੰਘ ਮਹਿਤਾ, ਰੂਪ ਸਿੰਘ ਸਕੱਤਰ, ਮੁੱਖ ਸਕੱਤਰ ਜਿਹੜੇ ਆ, ਜਾਂ ਹੋਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇੱਥੇ ਸਰੀ BC ਆ ਕੇ ਇਹਨਾਂ ਦੇ ਨਾਲ ਮਿਲਦੇ ਗਿਲਦੇ ਰਹੇ ਆ, ਇਹਨਾਂ ਦੇ ਨਾਲ ਨੇੜਤਾ ਰੱਖਦੇ, ਉਹਨਾਂ ਨੂੰ ਅੰਮ੍ਰਿਤਸਰ 'ਚ ਪੁੱਛ ਲੈਣ ਬਈ ਕਿਤੇ ਤੁਸੀਂ ਤਾਂ ਨਹੀਂ ਸੀ ਫੜਾ ਕੇ ਆਏ, ਛੇਤੀ ਗੱਲ ਕਲੀਅਰ ਜਿਹੜੀ ਆ ਉਹ ਹੋ ਸਕਦੀ ਹੈ ਜੀ। ਸਮੇਤ ਸੈਣੀ ਹੁਣ ਦੇ ਮਾਮਲੇ 'ਚ ਕੀ ਅਪਡੇਟ ਆ ਜੀ? ਸਮੇਤ ਸੈਣੀ ਦੇ ਮਾਮਲੇ ਵਿੱਚ ਜੀ ਅਪਡੇਟ ਇਹ ਆ ਕਿ ਉਹ ਆਪਣੇ ਬਚਾਅ ਦੇ ਵਾਸਤੇ ਇਸ ਵੇਲੇ ਰੂਪੋਸ਼ ਹੋਇਆ ਹੋਇਆ ਜੀ। ਜ਼ਮਾਨਤਾਂ ਜਿਹੜੀਆਂ ਰੱਦ ਹੋਣ ਤੋਂ ਬਾਅਦ ਕਿਸੇ ਸਿਆਸੀ ਪ੍ਰਭੂ ਨੇ ਕਿਤੇ ਲੁਕੋਇਆ ਲੱਗਦਾ ਆ, ਕਿਉਂਕਿ ਉਹਦਾ ਜਿਹੜਾ ਜੈਮ ਆ ਉਹਦੀ ਸਿਕਿਉਰਿਟੀ ਆ ਉਹਦੇ ਨਾਲ ਦੇ ਜਿਹੜੇ ਹੋਰ ਅਧਿਕਾਰੀ ਆ ਉਹ ਸਾਰੇ ਛੱਡ ਕੇ ਇਕੱਲਾ ਕਿਤੇ ਨਿਕਲਿਆ ਹੋਇਆ ਜੀ। ਹੁਣ ਉਹਦੀ ਥਾਂ ਕੋਈ ਆਮ ਬੰਦਾ ਹੁੰਦਾ ਤਾਂ ਇਹਨਾਂ ਨੇ ਚੱਕ ਕੇ ਉਹਦਾ ਸਾਰਾ ਟੱਬਰ ਲੈ ਆਉਣਾ ਸੀ ਪੰਜਾਬ ਪੁਲਿਸ ਨੇ, ਅਤੇ ਮਾਵਾਂ ਧੀਆਂ ਭੈਣ ਦੇ ਲਿਆ ਕੇ ਥਾਣੇ ਬੇਇੱਜ਼ਤੀ ਕਰਨੀ ਸੀਗੀ, ਬਾਕੀ ਮਰਦਾਂ ਦਾ ਕਟਾਪਾ ਕਰਨਾ ਸੀਗਾ, ਹੋ ਸਕਦਾ ਕਿਸੇ ਦੀ ਇੱਕ ਦੀ ਨੰਗੀ ਵੀਡੀਓ ਬਣਾ ਕੇ ਵੀ ਵਾਇਰਲ ਕਰਦੇ, ਉਦੋਂ ਬਾਅਦ ਰਿਸ਼ਤੇਦਾਰ ਸਾਰੇ ਚੱਕ ਲਿਆਉਣੇ ਸੀਗੇ, ਪਸ਼ੂ ਇਹਨਾਂ ਦੇ ਭੁੱਖਣ ਭਾਣੇ ਹੋਣੇ ਸੀਗੇ ਜੀ, ਗੁਆਂਢੀ ਕਿਸੇ ਨੂੰ ਪੱਠੇ ਨਹੀਂ ਸੀ ਪਾਉਣ ਦੇਣੇ, ਘਰ ਦੀਆਂ ਚਗਾਠਾਂ ਤੋਂ ਲੈ ਕੇ ਭਾਂਡੇ ਟਿੰਡੇ ਤੱਕ ਇਹ ਚੱਕ ਲਿਆਉਂਦੇ ਹੁੰਦੇ ਆ ਜੀ। ਅਤੇ ਹੁਣ ਇਹ ਕਹੀ ਜਾਂਦੇ ਸਮੇਤ ਸੈਣੀ ਸਾਨੂੰ ਲੱਭਦਾ ਨਹੀਂ ਹੈਗਾ, ਅਤੇ ਹਜੇ ਤੱਕ ਜਿਹੜੇ ਆ ਸਮੇਤ ਸੈਣੀ ਆ ਰਿਪੋਰਟ ਸੀਗੇ, ਹੋ ਸਕਦਾ ਕਿਸੇ ਹੋਰ ਵੱਡੀ ਅਦਾਲਤ ਦੇ ਵਿੱਚ ਅਰਜ਼ੀ ਲਾ ਕੇ ਆਪਣੇ ਬਚਾਅ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਹੋਣ, ਪਰ ਹਜੇ ਤੱਕ ਫੜ ਨਹੀਂ ਸੀ ਹੋਏ ਜੀ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਮਿਹਰਬਾਨੀ। ਜਸਕਾਨ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਨਾਲ ਹੀ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਖਬਰਾਂ ਅਤੇ ਉਹਨਾਂ ਖਬਰਾਂ 'ਤੇ ਗੁਰਪ੍ਰੀਤ ਜੀ ਦਾ ਤਬਸਰਾ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।